ਨਾ ਨਾ ਮਜੀਠੀਆ ਚੌਕੀ ਦਾ, ਨਾ ਨੰਬਰ ਦਾ, ਨਾ ਪੰਚ, ਨਾ ਸਰਪੰਚ, ਨਾ ਐਮ ਐਲ ਏ, ਨਾ ਐਮ ਪੀ ਹੈ ਕੀ ਆ ਉਹ ਕੀ ਆ ਮਜੀਠੀਆ, ਕੀ ਉਹਦੀ ਹੋਂਦ ਕੀ ਆ? ਓਦਾਂ ਹੀ ਤੁਰਿਆ ਫਿਰਦਾ ਸਾਰਾ ਬੜੋਈਆ, ਪਾਰਟੀ ਦਾ ਬੇੜਾ ਗੱਲ ਕਰਤਾ ਉਹਨਾਂ, ਬੰਦਾ ਕੋਈ ਪਾਰਟੀ ਰਹਿ ਨੀ, ਮਾਝਾ ਸਾਰਾ ਖਾਲੀ ਹੈ, ਸਮਝਦੇ ਕਿ ਨਹੀਂ ਗੱਲ? ਇਹ ਕਰਕੇ ਇਹੋ ਜਿਹੇ ਬੰਦਿਆਂ ਦਾ ਜਵਾਬ ਨੀ ਮੈਂ ਦਿੰਦਾ। ਵਿਰੋਧੀਆਂ ਦੇ ਵੀ ਬੜੇ ਸਵਾਲ ਹੋ ਰਹੇ ਨੇ, ਵਿਰੋਧੀ ਵਿਰੋਧੀ ਖਤਮ ਹੋ ਗਏ, ਲੜਾਈ ਜਿੱਤ ਗਈ ਆਮ ਆਦਮੀ ਪਾਰਟੀ, ਤੇਰਾ ਜੀਓ ਜਿੱਤ ਕਲੀਅਰ ਕਰ ਚੁੱਕੇ, ਜਿੱਤ ਕਲੀਅਰ, ਤਮਾਮ ਵਾਅਦਿਆਂ ਦੀ ਪੂਰੀ ਕਰ ਰਹੇ ਹਾਂ ਕਿ 2 ਸਾਲਾਂ ਦੇ ਵਿੱਚ ਅਸੀਂ ਇਹ ਪ੍ਰਾਪਤੀਆਂ ਕਰ ਲਈਆਂ ਨੇ। ਅਸੀਂ ਤਾਂ ਰਿਪੋਰਟ ਕਾਰਡ ਦੇ ਰਹੇ ਹਾਂ, ਅਸੀਂ ਵਾਅਦੇ ਨਹੀਂ ਕਰਦੇ, ਉਹ ਵਾਅਦੇ ਕਰਦੇ, ਹਲਵਾ ਨਹੀਂ ਕਰਦੇ ਆ। ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਇਲਾਕੇ ਦੇ ਵਿੱਚ ਵਿਚਰ ਰਹੇ ਨੇ, ਕੰਪੇਨ ਕਰ ਰਹੇ ਨੇ, ਧਾਲੀਵਾਲ ਸਾਹਿਬ ਕਿਵੇਂ ਚੱਲ ਰਹੀ ਹੈ ਕੰਪੇਨ? ਬਹੁਤ ਵਧੀਆ, ਅੱਜ ਮਜੀਠੇ ਹਲਕੇ 'ਚ ਆ, ਅਸੀਂ ਰੋਜ਼ ਹਲਕਾ ਵਾਈ ਹੁੰਦੇ, ਕੱਲ ਅਟਾਰੀ ਸੀਗੇ, ਨਾਲੇ ਸੀਗੇ, ਅੱਜ ਮਜੀਠੇ 'ਚ ਆ, ਬਹੁਤ ਸੋਹਣਾ ਰਿਸਪੋਂਸ ਆ। ਅਸੀਂ ਨੁੱਕਰ ਮੀਟਿੰਗਾਂ ਕਰਦੇ, ਛੋਟੀਆਂ ਛੋਟੀਆਂ ਮੀਟਿੰਗਾਂ ਕਰਦੇ, ਲੋਕ ਬੜਾ ਪਿਆਰ ਕਰਦੇ, ਔਰ ਅਸੀਂ ਬੜੀ ਵੱਡੀ ਲੀਡ ਨਾਲ ਜਿੱਤਾਂਗੇ। ਤੁਸੀਂ ਵਿਧਾਇਕ ਤਾਂ ਇੱਥੋਂ ਹੋ ਜੀ ਅਜਨਾਲਾ ਤੋਂ, ਪਰ ਮਾਝੇ ਦੀ ਪਾਰਲੀਮੈਂਟ ਦੀ ਜਿਹੜੀ ਸਿਆਸਤ ਹੈ, ਕੁਰਸੀ ਹੈ ਜਿਹੜੀ ਮਾਝੇ ਤੋਂ, ਲੱਗਦਾ ਤੁਹਾਡੇ ਕੋਲੇ ਪਹੁੰਚ ਰਹੀ ਹੈ ਤੁਹਾਡੇ ਕੋਲੇ ਪੂਰੀ 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 ਪੂਰਾ ਮਾਝਾ? ਹਾਂ। ਧਾਲੀਵਾਲ ਸਾਹਿਬ, ਵਿਰੋਧੀਆਂ ਦੇ ਵੀ ਬੜੇ ਸਵਾਲ ਹੋ ਰਹੇ ਨੇ, ਕੰਪੇਨ ਦੇ ਵਿੱਚ ਫਿਰ ਕੀ ਚੀਜ਼ਾਂ ਲੈ ਕੇ ਜਾ ਰਹੇ ਹੋ ਲੋਕਾਂ ਦੇ ਵਿੱਚ? ਕਿਹੜੇ ਵਿਰੋਧੀ? ਵਿਰੋਧੀ ਖਤਮ ਹੋ ਗਏ, ਲੜਾਈ ਜਿੱਤ ਗਈ ਆਮ ਆਦਮੀ ਪਾਰਟੀ, ਤੇਰਾ ਜੀਓ ਜਿੱਤ ਕਲੀਅਰ ਕਰ ਚੁੱਕੇ, ਜਿੱਤ ਕਲੀਅਰ, ਵਾਹ, ਹੁਦਾ ਲੀਡ ਨਹੀਂ ਲੱਗੇ ਆ। ਕਿੰਨਾ ਕੁ ਇਲਾਕਾ ਕਵਰ ਕਰ ਚੁੱਕੇ ਹੋ ਜੀ ਤੁਸੀਂ? ਆਹ ਪੰਜਵਾਂ ਗੇੜ, ਪੰਜਵੇਂ ਗੇੜ ਦੀ ਮੀਟਿੰਗਾਂ ਸ਼ੁਰੂ ਕਰਦੇ ਤੁਸੀਂ? ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਜੀ? ਠੀਕ ਹੋ? ਆ ਮੇਰਾ ਬੇਟਾ। ਅੱਛਾ ਅੱਛਾ, ਬਾਜੀ ਠੀਕ ਠੀਕ ਹੈ ਬਾਜੀ। ਹਾਂ ਹਾਂ, ਧਾਲੀਵਾਲ ਸਾਹਿਬ, ਵਾਅਦਿਆਂ ਦੀ ਗੱਲ ਕੀਤੀ ਜਾਵੇ ਤਾਂ ਤੁਸੀਂ ਬਿਜਲੀ ਦੀ ਵੀ ਗੱਲ ਕਰ ਰਹੇ ਹੋ, ਤਮਾਮ ਵਾਅਦਿਆਂ ਦੀ ਪੂਰੀ ਕਰ ਰਹੇ ਹੋ ਕਿ 2 ਸਾਲਾਂ ਦੇ ਵਿੱਚ ਅਸੀਂ ਇਹ ਪ੍ਰਾਪਤੀਆਂ ਕਰ ਲਈਆਂ ਨੇ? ਅਸੀਂ ਤਾਂ ਰਿਪੋਰਟ ਕਾਰਡ ਦੇ ਰਹੇ ਹਾਂ, ਅਸੀਂ ਵਾਅਦੇ ਨਹੀਂ ਕਰਦੇ, ਉਹ ਵਾਅਦੇ ਕਰਦੇ, ਹਲਵਾ ਨਹੀਂ ਕਰਦੇ ਆ। ਉਹ ਰਿਪੋਰਟ ਕਾਰਡ ਦੇ ਵੀ ਕੀਤਾ ਕੀ ਆ, ਅਸੀਂ ਰਿਪੋਰਟ ਕਾਰਡ ਦੇ ਰਹੇ ਲੋਕਾਂ ਨੂੰ, ਅਸੀਂ ਆਹ ਕੀਤਾ ਜੀ, ਠੀਕ ਹੈ ਕਿ ਨਹੀਂ? ਸ਼ਹਿਰ ਦੇ ਵਿੱਚ ਧਾਲੀਵਾਲ ਸਾਹਿਬ ਕਿਸ ਤਰ੍ਹਾਂ ਦਾ ਸਮਰਥਨ ਹੈ? ਬਹੁਤ ਵਧੀਆ, ਚਲੋ ਆ ਜਾਓ, ਬਹੁਤ ਵਧੀਆ, ਚਲਦੇ ਚਲਦੇ ਜਾਂਦੇ ਆ ਜੀ ਅਸੀਂ। ਹਾਂ ਚਲੋ, ਬਹੁਤ ਵਧੀਆ, ਬਹੁਤ ਵਧੀਆ, ਔਰ ਯਕੀਨੀ ਕਰ ਚੁੱਕੇ ਹੋ ਕਿ ਜਿਹੜੀ ਜਿੱਤ ਹੈ ਉਹ ਆਮ ਆਦਮੀ ਪਾਰਟੀ ਦੀ ਝੋਲੀ ਪੈ ਚੁੱਕੀ ਹੈ? 2.5 ਲੱਖ, ਨੋਟ ਕਰ ਲਓ, ਪਾਰਲੀਮੈਂਟ ਦੇ ਵਿੱਚ ਜਾ ਕੇ ਕਿਹੜੇ ਕਿਹੜੇ ਮਸਲੇ ਹੋਣਗੇ ਜੀ ਮਾਝੇ ਦੀ ਸਿਆਸਤ? ਪੰਜਾਬ ਦੀ ਲੜਾਈ ਲੜਾਂਗੇ, ਅੰਮ੍ਰਿਤਸਰ ਦੀ ਲੜਾਈ ਲੜਾਂਗੇ। ਇੱਕ ਧਾਲੀਵਾਲ ਸਾਹਿਬ, ਆਖਰੀ 2 ਜਵਾਬ ਜ਼ਰੂਰ ਦੇ ਕੇ ਜਾਇਓ, ਜਦੋਂ ਤੁਸੀਂ ਇੱਥੇ ਜਾਂਦੇ ਹੋ, ਤੁਸੀਂ ਵੀ ਸਪੀਚ ਦਿੰਦੇ ਹੋ, ਮਜੀਠੀਆ ਸਾਹਿਬ ਵੀ ਹਲਕਿਆਂ ਦੇ ਵਿੱਚ ਜਾ ਰਹੇ ਆ, ਮਜੀਠੀਆ ਸਾਹਿਬ ਆਪਣੀ ਸਪੀਚ ਦੇ ਵਿੱਚ ਤੁਹਾਡੇ ਤੇ ਤੰਜ ਬੜੇ ਕੱਸਦੇ ਨੇ, ਤੁਸੀਂ ਸੁਣੀਆਂ ਹੋਣੀਆਂ ਸਪੀਚਾਂ, ਉਹ ਤੇ ਇੱਕ ਸਵਾਲ ਕਰਨਾ ਚਾਹਾਂਗਾ ਮੈਂ ਤੁਹਾਨੂੰ, ਉਹਦੇ ਚ ਨਾ ਮਜੀਠੀਆ ਚੌਕੀ ਦਾ, ਨਾ ਨੰਬਰ ਦਾ, ਨਾ ਪੰਚ, ਨਾ ਸਰਪੰਚ, ਨਾ ਐਮ ਐਲ ਏ, ਨਾ ਐਮ ਪੀ ਹੈ ਕੀ ਆ ਉਹ ਕੀ ਆ ਮਜੀਠੀਆ, ਕੀ ਉਹਦੀ ਹੋਂਦ ਕੀ ਆ? ਓਦਾਂ ਹੀ ਤੁਰਿਆ ਫਿਰਦਾ ਸਾਰਾ ਬੜੋਈਆ, ਪਾਰਟੀ ਦਾ ਬੇੜਾ ਗੱਲ ਕਰਤਾ ਉਹਨਾਂ, ਬੰਦਾ ਕੋਈ ਪਾਰਟੀ ਰਹਿ ਨੀ, ਮਾਝਾ ਸਾਰਾ ਖਾਲੀ ਹੈ, ਸਮਝਦੇ ਕਿ ਨਹੀਂ ਗੱਲ? ਇਹ ਕਰਕੇ ਇਹੋ ਜਿਹੇ ਬੰਦਿਆਂ ਦਾ ਜਵਾਬ ਨਹੀਂ ਮੈਂ ਦਿੰਦਾ। ਔਰ ਪਾਰਲੀਮੈਂਟ ਦੇ ਵਿੱਚ ਜਾ ਕੇ ਖਾਸ ਤੌਰ ਤੇ ਮਾਝੇ ਦੇ ਵਿੱਚ ਨਸ਼ੇ ਦਾ ਮਸਲਾ ਹਜੇ ਵੀ ਬਣਿਆ ਹੋਇਆ ਜੀ, ਚੁੱਕਾਂਗੇ ਕਈ ਪਿੰਡਾਂ ਦੇ ਵਿੱਚ ਗਏ, ਨਾ ਨਾ ਚੁੱਕਾਂਗੇ ਕਈ ਪਿੰਡਾਂ ਦੇ ਵਿੱਚ, ਆ ਮਸਲਾ ਵੱਡਾ, ਕਿਉਂਕਿ ਬਾਰਡਰ ਦੇ ਉੱਤੇ ਜਿਹੜੀ ਡਰੋਨ ਦੇ ਰਾਹੀਂ ਇਹਦਾ ਆ ਰਹੀ ਹੈ, ਉਹ ਸੈਂਟਰ ਦੇ ਨਾਲ ਸੰਬੰਧਿਤ ਆ, ਉੱਥੇ ਚੁੱਕਾਂਗੇ ਆਪਾਂ, ਕੋਈ ਗੱਲ ਨਹੀਂ, ਲੜਾਂਗੇ। ਇਹਦੇ ਲਈ ਤੁਸੀਂ ਤਿਆਰ ਹੋ ਜੀ? ਬਿਲਕੁਲ ਤਿਆਰ। ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਲੋਕ ਸਭਾ ਤੋਂ ਉਮੀਦਵਾਰ ਨੇ, ਅੰਮ੍ਰਿਤਸਰ ਸਾਹਿਬ ਹਲਕੇ ਤੋਂ ਲੋਕ ਸਭਾ ਦੇ ਉਮੀਦਵਾਰ ਨੇ, ਔਰ ਕਹਿ ਰਹੇ ਆ ਕਿ ਜਿਹੜੇ ਮਸਲੇ ਆ
ਉਹ ਉਠਾਏ ਜਾਣਗੇ ਪਾਰਲੀਮੈਂਟ ਦੇ ਵਿੱਚ ਜਾ ਕੇ। ਔਰ ਕਿਸਮ ਜੀਠੀਆਂ 'ਤੇ ਉਹਨਾਂ ਨੇ ਤੰਜ ਕੀਤਾ ਕਿ ਉਹ ਕੌਣ ਹੈ, ਨਾ ਸਰਪੰਚ ਹੈ, ਨਾ MLA ਹੈ, ਨਾ ਕੋਈ ਪੰਚਾਇਤ ਮੈਂਬਰ ਹੈ। ਕੈਮਰੇ 'ਤੇ ਮੇਰਾ ਸਾਥ ਦੇ ਰਹੇ ਸੀ ਵਿਸ਼ਾਲ, ਅਸੀਂ ਅੰਮ੍ਰਿਤਸਰ ਸਾਹਿਬ ਲੋਕ ਸਭਾ ਹਲਕੇ ਤੋਂ ਤੁਹਾਡੇ ਨਾਲ ਜੁੜੇ ਹੋਏ ਸੀ।